साडे चैनल ते होर नवीआं ते ताज़ा न्यूज़ देखण लई साडे सच ते पैरा टीवी चैनल नूं सबसक्राइब करो अते इस दे नाल ही दित्ते गए बैल आइकन नूं दबाओ। धन्नवाद। खाटू शाम धाम पातला विच भरिया एकादशी दा मेला, हजारां दी गिणती विच पहुंचे शाम भगतां ने बाबा जी दा लिया आशीर्वाद। खाटू शाम मंदिर पातला विच अज भारी रौनकां वेखण नूं मिलियां। एकादशी ते लगण वाले इस मेले दौरान दूर दुराडे पिंडां ਅਤੇ ਸ਼ਹਿਰਾਂ ਵਿੱਚ ਸ਼ਾਮ ਭਗਤਾਂ ਦੇ ਜੱਥੇ ਹੱਥਾਂ ਵਿੱਚ ਝੰਡੇ ਲੈ ਕੇ ਬਾਬਾ ਜੀ ਦੇ ਦਰਬਾਰ ਪਹੁੰਚੇ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ। ਬਾਬਾ ਸ਼ਾਮ ਦੇ ਮੰਦਰ ਵਿੱਚ ਸਵੇਰ ਤੋਂ ਹੀ ਸ਼ਾਮ ਭਗਤ ਲੰਬੀਆਂ ਲੰਬੀਆਂ ਲਾਈਨਾਂ ਵਿੱਚ ਖੜੇ ਹੋ ਕੇ ਬਾਬਾ ਜੀ ਦਾ ਗੁਣਗਾਨ ਕਰਦੇ ਨਜ਼ਰ ਆਏ। ਪ੍ਰਬੰਧਕਾਂ ਵੱਲੋਂ ਸ਼ਾਮ ਭਗਤਾਂ ਲਈ ਲੰਗਰ ਤੋਂ ਇਲਾਵਾ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ। ਸਾਡੀ ਟੀਮ ਨੇ ਕੁਝ ਸ਼ਾਮ ਭਗਤਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕੀ ਕਿਹਾ, ਤੁਸੀਂ ਵੀ ਸੁਣੋ। ਪਾਤੜਾ ਤੋਂ ਸਤਪਾਲ ਗਰਗ ਦੀ ਰਿਪੋਰਟ। ਨਹੀਂ ਜੀ ਲੱਗਦਾ ਇੱਥੇ ਆ ਕੇ ਵੀ ਉਹੀ ਧਾਮ ਜਿਵੇਂ ਇੱਥੇ ਆ ਗਿਆ ਹੋਵੇ ਕਾਸ਼ੀ ਵਾਲੇ ਦਿਨ।
ਨਿਸ਼ਾਨ ਯਾਤਰਾ ਜੀ ਪੈਦਲ ਯਾਤਰਾ ਆਉਂਦੀ ਹੈ ਜਿੱਥੇ ਬਾਬੇ ਦੀ ਇੱਛਾ ਹੋਈ ਜੀ, ਜਿੱਥੇ ਇਹਦਾ ਬੁਲਾਵਾ ਹੋਇਆ ਉੱਥੇ ਜਾਵਾਂਗੇ। ਜੈ ਸ਼੍ਰੀ ਸ਼ਾਮ ਜੀ, ਜੈ ਸ਼੍ਰੀ ਸ਼ਾਮ। ਹਾਂਜੀ, ਸਾਨੂੰ ਬਾਬਾ ਜੀ ਨੇ ਬਹੁਤ ਖੁਸ਼ੀ ਦਿੱਤਾ ਸੀ, ਅਸੀਂ 18 ਸਾਲਾਂ ਤੋਂ ਜਾ ਰਹੇ ਹਾਂ ਜੀ। ਅੱਜ ਕਿੱਥੇ ਆਏ ਹੋ? ਅੱਜ ਉਰੇ ਪਾਤਲਾ ਧਾਮ ਆਏ ਹਾਂ ਜੀ। ਕਿਵੇਂ ਲੱਗਿਆ ਇੱਥੇ ਬਾਬਾ? ਬਹੁਤ ਵਧੀਆ ਲੱਗਿਆ ਜੀ, ਹਰ ਮਹੀਨੇ ਆਉਂਦੇ ਹਾਂ ਜੀ ਅਸੀਂ ਕਾਸ਼ਤੀ 'ਤੇ। ਹਰ ਕਾਮਨਾ ਪੂਰੀ ਹੁੰਦੀ ਹੈ? ਹਾਂਜੀ ਹਾਂਜੀ, ਜੋ ਮੰਗਾ ਸਾਰਾ ਕੁਝ ਦਿੰਦਾ ਜੀ, ਸਾਰੀਆਂ ਇਛਾਵਾਂ ਪੂਰੀਆਂ ਕਰਦਾ। ਪੈਦਲ ਪੈਦਲ? ਹਾਂਜੀ ਪੈਦਲ ਆਉਂਦੇ ਹਾਂ। ਸ਼੍ਰੀ ਸ਼ਾਮ ਜੀ, ਮੇਰਾ ਨਾਮ ਰੋਮਿਕਾ ਕਰਕੇ ਹੈ ਜੀ। ਕਿੱਥੋਂ ਆਏ ਹੋ? ਅਸੀਂ ਦਿੜਵਾ ਮੰਡੀ ਤੋਂ ਸਰ। ਅਸੀਂ ਅੱਜ ਪਾਤੜਾ ਧਾਮ ਆਇਆ ਸਰ, ਖਾਟੂ ਸ਼ਾਹ ਪਾਤੜਾ ਖਾਟੂ ਧਾਮ ਬਣਿਆ ਜੀ ਇੱਥੇ, ਬਾਬਾ ਜੀ ਦੇ ਦਰਸ਼ਨਾਂ ਲਈ ਅਸੀਂ ਪੈਦਲ ਯਾਤਰਾ ਲੈ ਕੇ ਆਇਆ ਜੀ। ਹਰ ਇੱਕ ਮਹੀਨੇ ਆਇਆ, ਸਾਡੀ ਅੱਜ 5ਵੀਂ ਨਿਸ਼ਾਨ ਯਾਤਰਾ ਸੀ ਜੀ। ਅਸੀਂ 10 ਸਾਲ ਤੋਂ ਜਾ ਰਹੇ ਹਾਂ ਜੀ ਖਾਟੂ ਸ਼ਾਮ। ਅਸੀਂ ਪਹਿਲਾਂ ਖਾਟੂ ਸ਼ਾਮ ਜਾਂਦੇ ਸੀ ਜੀ, ਅੱਜ ਅਸੀਂ ਪਾਤੜਾ ਧਾਮ ਆਏ ਹਾਂ ਸਰ ਇੱਥੇ ਜੀ। ਬਹੁਤ ਵਧੀਆ ਲੱਗਿਆ ਸਰ, ਬਾਬਾ ਜੀ ਸਾਨੂੰ ਹਰ ਇੱਕ ਮਹੀਨੇ ਐਵੇਂ ਬੁਲਾਉਂਦੇ ਰਹਿਣ ਜੀ ਆਪਣੇ ਦਰਸ਼ਨਾਂ ਲਈ। ਮੰਦਰ ਬਹੁਤ ਵਧੀਆ ਮੰਦਰ ਬਣਿਆ ਜੀ, ਬਹੁਤ ਵਧੀਆ, ਮਨ ਬਹੁਤ ਖੁਸ਼ ਹੋਇਆ ਜੀ। ਬਾਬਾ ਜੀ ਸਾਨੂੰ ਇੱਥੇ ਦਰਸ਼ਨ ਦਿੰਦੇ ਨੇ, ਖੁੱਲ੍ਹੇ ਦਰਸ਼ਨ ਮਿਲਦੇ ਨੇ ਜੀ, ਬਾਬਾ ਜੀ ਐਵੇਂ ਸਾਨੂੰ ਬੁਲਾਉਂਦੇ ਰਹਿਣ, ਆਪਣੇ ਦਰਸ਼ਨ ਦਿੰਦੇ ਰਹਿਣ ਜੀ। ਜੈ ਸ਼੍ਰੀ ਸ਼ਾਮ ਜੀ। ਸਹਾਰੇ ਕੀ ਜੈ, ਖਾਟੂ ਨਰੇਸ਼ ਕੀ ਜੈ, ਪਾਤੜਾ ਧਾਮ ਕੀ ਜੈ। ਅੱਜ ਮੇਲਾ ਲੱਗਿਆ, ਕਿਵੇਂ ਗਏ? ਇਹ ਬਾਬਾ ਜੀ ਗੈਰਸ ਹੁੰਦੀ ਹੈ, ਹਰ ਮਹੀਨੇ ਦੀ ਗੈਰਸ ਨੂੰ ਬਾਬਾ ਜੀ ਮੇਲਾ ਭਰਦਾ ਹੈ। ਲੱਖਾਂ ਸ਼ਹਿਰਾਂ ਵਿੱਚ ਯਾਤਰਾ, ਪਹਿਲ ਯਾਤਰਾ ਆਉਂਦੀ ਹੈ, ਖਨੌਰੀ, ਦਿੜਵਾ, ਮੂਨਕ, ਘੱਗਾ, ਸਰਾਮ, ਪਟਿਆਲਾ ਤੋਂ ਆ ਰਹੀ ਹੈ। 25 ਸ਼ਹਿਰਾਂ 'ਚ ਪਹਿਲਾਂ ਆ ਚੁੱਕੀ ਹੈ। ਬਾਬਾ ਜੀ ਅਪਾਰ ਕਿਰਪਾ ਹੈ ਇਸ ਸ਼ਹਿਰ ਦੇ ਵਿੱਚ ਵੀ, ਬਾਬਾ ਛੋਟੇ ਵਾਲੇ ਦੀ ਅਪਾਰ ਕਿਰਪਾ ਹੈ, ਬਾਬਾ ਮੋਹਣੀ ਦੀ ਅਪਾਰ ਕਿਰਪਾ ਹੈ ਧਰਤੀ ਦੇ ਉੱਪਰ। ਉਹਨਾਂ ਦੀ ਕਿਰਪਾ ਦੇ ਨਾਲ ਹੀ ਬਾਬਾ ਜੀ ਦਾ ਮੰਦਰ ਬਣਿਆ, ਬਾਬਾ ਖਾਟੂ ਸ਼ਾਮ ਦਾ ਮੰਦਰ ਉਹਨਾਂ ਦੀ ਹੀ ਕਿਰਪਾ ਹੈ, ਬਾਕੀ ਲੋਕਾਂ ਦਾ ਸਹਿਯੋਗ ਹੈ, ਸਾਰੇ ਇਲਾਕੇ ਦਾ ਸਹਿਯੋਗ ਹੈ। ਜੈ ਸ਼੍ਰੀ ਸ਼ਾਮ। ਅਸੀਂ ਪਿੰਡ ਦੇਦਨਾ ਤੋਂ ਆਏ ਹਾਂ ਜੀ, ਇਹ ਸਾਡੀ 5ਵੀਂ ਨਿਸ਼ਾਨ ਪੈਦਲ ਯਾਤਰਾ ਪਾਤੜਾ ਧਾਮ ਮੰਦਰ 'ਚ ਪਹੁੰਚੀ ਹੈ। 400 ਨਿਸ਼ਾਨ ਅਸੀਂ ਇੱਥੇ ਲੈ ਕੇ ਆਏ ਹਾਂ ਮੰਦਰ 'ਚ। ਇਹ ਦੇਖੋ ਬਾਬਾ ਜੀ ਦੀ ਕਿੱਡੀ ਕਿਰਪਾ ਹੈ ਇਸ ਭਗਤਾਂ ਦੇ ਉੱਪਰ, ਜੋ ਵੀ ਕੋਈ ਮੰਨਤ ਇੱਥੇ ਮੰਗਦਾ ਉਹ ਪੂਰੀ ਹੁੰਦੀ ਹੈ, ਉਹ ਬਾਬਾ ਜੀ ਪੂਰੀ ਕਰਦੇ ਨੇ। ਭਾਵੇਂ ਕੋਈ ਬਾਹਰ ਜਾਂਦਾ, ਬਾਹਰ ਦੀ ਮਤਲਬ ਕਿ ਉਰੇ ਅਰਜ਼ੀਆਂ ਲਾਈਆਂ ਤੀਆਂ ਪਿਛਲੀ ਵਾਰੀ, ਉਹ ਦੇਖੋ ਉਹਨਾਂ ਦੀਆਂ ਪੂਰੀਆਂ ਕਰਤੀਆਂ ਬਾਬਾ ਜੀ ਨੇ ਇੱਕ ਮਹੀਨੇ ਦੇ ਵਿੱਚ। ਬਾਬਾ ਦੇਖੋ ਸੱਚਦਾ ਬੈਠਾ, ਬਾਬਾ ਸਵੇਰੇ 4 ਵਜੇ ਦਾ, ਇਹ ਬਾਬਾ ਦੇਣ ਵਾਸਤੇ, ਲੈਣ ਵਾਸਤੇ ਨਹੀਂ, ਇਹ ਦੇਣ ਵਾਸਤੇ। ਸਾਨੂੰ ਮੰਗਣਾ ਨਹੀਂ ਆਉਂਦਾ, ਮੰਗੋ ਬਾਬਾ ਜੀ ਤੋਂ, ਇਹ ਦੇਣ ਵਾਸਤੇ ਬੈਠਦੇ ਨੇ। ਬਸ ਸ਼੍ਰੀ ਸ਼ਾਮ ਪਿਆਰੇ ਕੀ, ਹਾਰੇ ਕੇ ਸਹਾਰੇ ਕੀ, ਖਾਟੂ ਨਰੇਸ਼ ਕੀ। ਬਹੁਤ ਸ਼ਰਧਾ, ਦੇਖੋ ਸ਼ਰਧਾ ਰੱਖੋਗੇ ਬਾਬਾ ਜੀ ਦੇ, ਮੈਂ ਕਹਿੰਦਾ ਦਾਅਵੇ ਨਾਲ ਕਹਿੰਦਾ ਸਾਰਾ ਕੁਛ ਦੇਊਗਾ, ਸਾਰਾ ਕੁਛ ਮਿਲੂਗਾ ਜੇ ਕੋਈ ਸ਼ਰਧਾ ਰੱਖੂਗਾ ਬਾਬਾ ਜੀ ਦੇ। ਸ਼ਰਧਾ ਜ਼ਰੂਰੀ ਆ। ਸ਼੍ਰੀ ਸ਼ਾਮ ਬੋਲ, ਹਰੇ ਕੇ ਸਹਾਰੇ ਕੀ ਜੈ। ਦੇਖੋ 25 ਜੂਨ ਨੂੰ ਦੇਦਨਾ ਜਾਗਰਣ ਹੋਇਆ ਸੀ, ਇਸ ਭਗਤ ਨੇ ਦੇਦਨਾ ਜਾਗਰਣ ਦੇ ਵਿੱਚ ਬਾਬਾ ਜੀ ਨੂੰ ਅਰਜ਼ੀ ਲਾਈ ਸੀ। ਇਹਦਾ ਬੇਟਾ ਆਸਟ੍ਰੇਲੀਆ 'ਚ ਪਹੁੰਚ ਗਿਆ, ਇਹ ਅੱਜ ਬਾਬਾ ਜੀ ਦਾ, ਬਾਬਾ ਜੀ ਦਾ ਦੇਖੋ ਇਹ ਸਵਾਗਤ ਕਰਨ ਵਾਸਤੇ ਆਇਆ, ਵਧਾਈ ਦੇਣ ਆਇਆ ਬਾਬਾ ਜੀ ਨੂੰ ਕਿ ਮੇਰਾ ਬੇਟਾ ਆਸਟ੍ਰੇਲੀਆ 'ਚ ਪਹੁੰਚ ਗਿਆ। ਇਹਨੇ ਅਰਜ਼ੀ ਲਾਈ ਸੀ, ਉਹ ਪੂਰੀ ਕੀਤੀ ਆ ਬਾਬਾ ਜੀ ਨੇ। ਦੇਖੋ ਕਿੱਡਾ ਵੱਡਾ ਕੰਮ ਕੀਤਾ ਬਾਬਾ ਜੀ ਨੇ, ਆਹ ਖੜੇ ਨੇ ਇਹਨਾਂ ਨੂੰ ਪੁੱਛੋ। ਜੈ ਸ਼੍ਰੀ ਸ਼ਾਮ। ਮੈਂ ਸਭੀ ਭਗਤਾਂ ਨੂੰ ਚਾਨਣਾ ਕਰਦਾ ਕਿ ਬਾਬਾ ਸ਼ਾਮ ਜੀ ਜਿਸ ਤਰ੍ਹਾਂ ਮੇਰੀ ਬਾਂਹ ਫੜੀ ਹੈ, ਸਭ ਦੀ ਫੜਨ, ਸਭ 'ਤੇ ਕਿਰਪਾ ਕਰਨ। ਮੈਂ ਬਾਬਾ ਜੀ ਦੇ ਆਸਰੇ 12ਵੇਂ ਮਹੀਨੇ ਦੇ ਵਿੱਚ ਬੇਟੇ ਦੀ ਫਾਈਲ ਅਪਲਾਈ ਕੀਤੀ ਸੀ ਆਸਟ੍ਰੇਲੀਆ ਦੀ, ਉਹਦਾ ਕੰਮ ਰੁਕਿਆ ਪਿਆ ਸੀ, ਅਤੇ ਮੈਂ ਬਾਬਾ ਜੀ ਨੂੰ ਇੱਥੇ ਆ ਕੇ ਸੁੱਖਣਾ ਸੁੱਖੀ, ਮੇਰੇ ਮਿੱਤਰ ਨੇ ਕਿ ਵੀ ਅਗਰ ਤੁਸੀਂ ਇਹਦਾ ਕੰਮ ਕਰਦੇ ਹੋ ਬੱਚੇ ਦਾ, ਤਾਂ ਅਸੀਂ ਨਿਸ਼ਾਨ ਯਾਤਰਾ ਲੈ ਕੇ ਆਵਾਂਗੇ। ਉਸ ਤੋਂ ਬਾਅਦ 25 ਜੂਨ ਨੂੰ ਦੇਦਨਾ ਦੇ ਵਿੱਚ ਬਾਬਾ ਜੀ ਦਾ ਜਾਗਰਣ ਹੋਇਆ, ਉੱਥੇ ਮੈਂ ਬਾਬਾ ਜੀ ਦਾ ਜਹਾਜ਼ ਜੋ ਸੁੱਖਣ ਦੇ ਰੂਪ 'ਚ ਸੁੱਖਿਆ ਸੀ, ਬਾਬਾ ਜੀ ਦੀ ਜੋ ਮੈਂ ਸੁੱਖਣਾ ਸੁੱਖੀ ਸੀ ਕਿ ਅਗਰ ਮੇਰਾ ਬੇਟਾ ਆਉਣ ਵਾਲੀ ਜਿਹੜੀ ਇਕਾਦਸੀ ਆਵੇਗੀ ਉਸ ਤੱਕ ਆਸਟ੍ਰੇਲੀਆ ਚਲਾ ਜਾਵੇ, ਤਾਂ ਮੈਂ ਬਾਬਾ ਜੀ ਦਾ ਜਹਾਜ਼ ਆ ਜਿਹੜਾ ਉਹ ਤੁਹਾਡੇ ਦਰਬਾਰ 'ਤੇ ਲੈ ਕੇ ਆਵਾਂਗਾ। ਸੋ ਮੈਂ ਆਪਣੀ ਜੋ ਸੁੱਖਣਾ ਪੂਰੀ ਕਰਨਾ ਆ, ਅਤੇ ਬਾਬਾ ਸ਼ਾਮ ਅੱਗੇ ਬੇਨਤੀ ਕਰਦਾ ਕਿ ਮੇਰੇ ਬੱਚੇ 'ਤੇ ਇਸ ਤਰ੍ਹਾਂ ਹੀ ਮਿਹਰ ਭਰਿਆ ਹੱਥ ਰੱਖਣ ਅਤੇ ਚੜ੍ਹਦੀ ਕਲਾ 'ਚ ਰੱਖਣ। ਖਾਟੂ ਸ਼ਾਮ ਮੰਦਰ ਦੀ ਮਾਨਤਾ ਜਿਵੇਂ ਖਾਟੂ ਸ਼ਾਮ ਰਾਜਸਥਾਨ ਦੇ ਸਿੱਖ ਡਿਸਟ੍ਰਿਕਟ 'ਚ ਹੈ, ਉਹ ਉੱਦਾਂ ਹੀ ਮਾਨਤਾ ਵਾ। ਲੋਕ ਬੜੀ ਵੱਡੀ ਪੱਧਰ 'ਤੇ
ਸਿੱਖਾਂ ਦੇ ਰੂਪ ਵੀ ਇਨਸਾਨੀਅਤ ਤੋਂ ਅੱਗੇ ਜਾ ਰਹੇ ਨੇ। ਸਾਡੇ ਹਲਕੇ ਦੇ ਖਲੋਰੀ, ਪਾਤੜਾ, ਵਿਰਬਾ, ਮੁਣਕ, ਸਮਾਣਾ, ਬਾਦਸ਼ਾਹਪੁਰ, ਘੱਗਾ ਜਥੇ ਜਥੇ ਆ ਰਹੇ ਪੰਜ ਪੰਜ ਸੱਤ ਸੱਤ ਸਦੀ।